ਗਲੋਬਲ ਨਿਊਜ਼ 13 ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ ਮੈਂ ਹਾਂ ਸਤਨਾਮ ਸਿੰਘ ਕੰਬੋਜ, ਸਾਰੇ ਦੋਸਤਾਂ ਨੂੰ ਦੁਬਾਰਾ ਤੋਂ ਫਿਰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ ਅੱਜ ਤੁਹਾਡੀ ਗੱਲਬਾਤ ਅਸੀਂ ਕਰਾਵਾਂਗੇ ਉੱਗੇ ਤਮਾਸ਼ੇ ਵੀ ਰਾਂਝਾ ਬਖਸ਼ੀ ਦੇ ਨਾਲ, ਜਿਨ੍ਹਾਂ ਨੇ ਪਿਛਲੇ ਦਿਨੀ ਫਿਲਮੀ ਅਦਾਕਾਰ ਗੱਗੂ ਗਿੱਲ ਜੀ ਵੱਲੋਂ ਐਸਸੀ ਸਮਾਜ ਦੀਆਂ ਔਰਤਾਂ ਨੂੰ ਅਪਸ਼ਬਦੀ ਬੋਲਣ ਤੇ ਭਾਰਤ ਸਰਕਾਰ ਦੇ ਐਸਸੀ ਕਮਿਸ਼ਨ ਵਿਜੇ ਸਾਂਪਲਾ ਜੀ ਅਤੇ ਡੀਜੀਪੀ ਪੰਜਾਬ ਨੂੰ ਇੱਕ ਦਰਖਾਸਤ ਪੇਸ਼ ਕਰਕੇ ਫਿਲਮੀ ਅਦਾਕਾਰ ਗੱਗੂ ਗਿੱਲ ਦੇ ਖਿਲਾਫ ਕਾਰਵਾਈ ਲਈ ਮੰਗ ਪੱਤਰ ਅਤੇ ਐਪਲੀਕੇਸ਼ਨ ਦਿੱਤੀ ਸੀ, ਜਿਸ ਤੇ ਐਸਸੀ ਕਮਿਸ਼ਨ ਵੱਲੋਂ ਸਖਤੀ ਨਾਲ ਕਾਰਵਾਈ ਕਰਦਿਆਂ ਗੱਗੂ ਗਿੱਲ ਤੇ ਐਕਸ਼ਨ ਲਿਆ ਹੈ, ਉਹਨਾਂ ਨੂੰ ਨੋਟਿਸ ਜਾਰੀ ਕੀਤਾ। ਹੁਣ ਗੱਲਬਾਤ ਕਰਦੇ ਹਾਂ ਅਸੀਂ ਰਾਂਝਾ ਬਖਸ਼ੀ ਦੇ ਨਾਲ। ਲਈ ਅਪਸ਼ਬਦੀ ਜਿਹੜੀ ਇੱਕ ਵੀਡੀਓ 'ਚ ਬੋਲੇ ਗਏ ਸੀਗੇ, ਉਹਦੇ ਵਾਸਤੇ ਤੁਸੀਂ ਐਸਸੀ ਕਮਿਸ਼ਨ ਭਾਰਤ ਸਰਕਾਰ ਨੂੰ ਇੱਕ ਦਰਖਾਸਤ ਵੀ ਪਾਈ ਸੀਗੀ ਜੋ ਕਿ ਇੱਕ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਅੱਜ ਪਹਿਲਾਂ ਤਾਂ ਤੁਹਾਡਾ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਸਮਾਜ ਦੀ ਇੱਕ ਜੋ ਪਕਾਰ ਹੈ ਉਸ ਵਾਸਤੇ ਤੁਸੀਂ ਸਾਨੂੰ ਮੌਕਾ ਦਿੱਤਾ ਹੈ, ਜੋ ਕਿ ਗੱਗੂ ਗਿੱਲ ਨੇ ਸਾਡੇ ਸਮਾਜ ਦੀ ਔਰਤਾਂ ਬਾਰੇ ਬਹੁਤ ਹੀ ਘਟੀਆ ਸ਼ਬਦਾਵਲੀ ਬੋਲੀ ਹੈ ਅਤੇ ਉਹ ਸਾਡੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ। ਜੋ ਕਿ ਗੱਗੂ ਗਿੱਲ ਨੇ ਇੱਕ ਵੀਡੀਓ ਦੇ ਵਿੱਚ ਬਹੁਤ ਮਾੜੇ ਸ਼ਬਦ ਬੋਲੇ ਨੇ, ਗੱਗੂ ਗਿੱਲ ਤਾਂ ਉਹਨਾਂ ਦੀ ਟੀਮ ਨੇ ਜੀ, ਉਸ ਟੀਮ ਵਾਸਤੇ ਜਿਹੜੀ ਤੁਸੀਂ ਐਸਸੀ ਕਮਿਸ਼ਨ ਨੂੰ ਦਰਖਾਸਤ ਦਿੱਤੀ ਸੀਗੀ, ਐਸਸੀ ਕਮਿਸ਼ਨ ਵੱਲੋਂ ਕੀ ਕਾਰਵਾਈ ਉਸ 'ਤੇ ਜੋ ਕੀਤੀ ਜਾ ਰਹੀ ਹੈ? ਮੈਂ ਧੰਨਵਾਦ ਕਰਦਾ ਇਸ ਐਸਸੀ ਕਮਿਸ਼ਨ ਭਾਰਤ ਸਰਕਾਰ ਔਰ ਖਾਸ ਕਰਕੇ ਮੈਂ ਧੰਨਵਾਦ ਕਰਦਾ ਸ਼੍ਰੀ ਵਿਜੇ ਸਾਂਪਲਾ ਜੀ ਦਾ, ਜਿਨ੍ਹਾਂ ਨੇ ਉਹਨਾਂ ਨੇ ਨੋਟਿਸ ਕੀਤਾ, 15 ਦਿਨਾਂ ਦੇ ਵਿੱਚ ਉਹਨਾਂ ਨੇ ਰਿਪੋਰਟ ਮੰਗੀ ਹੈ। ਅਸੀਂ ਬੇਨਤੀ ਕਰਦੇ ਹਾਂ ਐਸਸੀ ਕਮਿਸ਼ਨ ਭਾਰਤ ਸਰਕਾਰ ਨੂੰ ਔਰ ਪੰਜਾਬ ਦੇ DGP ਸਾਹਿਬ ਨੂੰ ਕਿ ਜੋ ਕਿ ਇਹੋ ਜਿਹੇ ਦੋ ਪੈਸੇ ਕਮਾਉਣ ਦੇ ਖਾਤਰ, ਗੱਗੂ ਗਿੱਲ ਦੋ ਪੈਸੇ ਕਮਾਉਣ ਦੇ ਖਾਤਰ ਕਿਸੇ ਦੇ ਖਿਲਾਫ਼ ਬੋਲਣਾ, ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ, ਇਹਨਾਂ ਨੇ ਜੋ ਬਿਆਨ ਦਿੱਤਾ ਹੈ ਇੱਕ ਭੜਕਾਊ ਬਿਆਨ ਦਿੱਤਾ ਹੈ, ਮਾਹੌਲ ਖਰਾਬ ਕਰਨ ਵਾਲਾ ਬਿਆਨ ਦਿੱਤਾ ਹੈ। ਮੈਂ DGP ਪੰਜਾਬ ਅਤੇ ਮੈਂ ਐਸਸੀ ਕਮਿਸ਼ਨ ਭਾਰਤ ਸਰਕਾਰ ਵਿਜੇ ਸਾਂਪਲਾ ਜੀ ਨੂੰ ਕਹਿੰਦਾ ਇਹਨਾਂ 'ਤੇ ਤੁਰੰਤ FIR ਦਰਜ ਕਰੀਏ, ਇਹਨਾਂ ਨੂੰ ਸਲਾਕਾਂ ਦੇ ਪਿੱਛੇ ਸੁੱਟਣਾ ਚਾਹੀਦਾ। ਬਖਸ਼ੀ ਜੀ, ਇੱਕ ਇਸ ਤੋਂ ਬਾਅਦ ਵੀਡੀਓ ਵੀ ਵਾਇਰਲ ਕਰੀ ਜਾ ਰਹੀ ਹੈ ਗੱਗੂ ਗਿੱਲ ਜੀ ਵੱਲੋਂ, ਵੀ ਬਾਜ਼ੀਗਰ ਸਮਾਜ ਪ੍ਰਤੀ ਜੋ ਕੁਝ ਸ਼ਬਦ ਮੇਰੇ ਕੋਲ ਬੋਲੇ ਗਏ ਨੇ, ਕੁਝ ਬਾਜ਼ੀਗਰ ਸਮਾਜ ਨੂੰ ਚੰਗੇ ਨਹੀਂ ਲੱਗੇ, ਉਹਦੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਭਾਜੀ, ਉਹ ਜਿਹੜੀ ਇਹਨਾਂ ਨੇ ਮਾਫ਼ੀ ਮੰਗੀ, ਉਹ ਮਾਫ਼ੀ ਨਹੀਂ ਮੰਗੀ, ਉਹ ਸਾਡੇ ਬਾਜ਼ੀਗਰ ਸਮਾਜ ਦਾ ਮਜ਼ਾਕ ਉਡਾਇਆ, ਸਾਨੂੰ ਹੋਰ ਜਲੀਲ ਕੀਤਾ ਗਿਆ। ਉਹ ਵੀਡੀਓ ਤੁਸੀਂ ਚੰਗੀ ਤਰ੍ਹਾਂ ਸੁਣੋ, ਤੁਸੀਂ ਆਪ ਸਮਝਦਾਰ ਹੋ, ਉਹਦੇ ਵਿੱਚ ਉਹਨਾਂ ਨੇ ਸਾਨੂੰ ਫਿਰ ਜਲੀਲ ਕੀਤਾ ਗਿਆ, ਉਹਨਾਂ ਨੇ ਮਾਫ਼ੀ ਨਹੀਂ ਮੰਗੀ ਉਹਦੇ ਵਿੱਚ, ਉਹਨਾਂ ਨੇ ਕਿਹਾ ਵੀ ਬਾਜ਼ੀਗਰ ਸਮਾਜ ਨੂੰ, ਓਨਲੀ ਬਾਜ਼ੀਗਰ ਸਮਾਜ ਨੂੰ ਚੰਗੀ ਲੱਗੀ। ਇਹਦਾ ਮਤਲਬ ਉਹਨਾਂ ਦਾ ਕਹਿਣ ਦਾ ਭਾਵ ਹੈ 4 ਪੈਸੇ ਦੂਜੇ ਸਮਾਜਾਂ ਨੂੰ ਚੰਗੀ ਲੱਗੀ ਹੈ, ਉਹਨਾਂ ਨੇ ਸਾਨੂੰ ਮਾਫ਼ੀ ਨਹੀਂ ਮੰਗੀ, ਉਹਨਾਂ ਨੂੰ ਸਾਨੂੰ ਫਿਰ ਜਲੀਲ ਕੀਤਾ ਉਸ ਵੀਡੀਓ ਦੇ ਵਿੱਚ। ਹੁਣ ਤੁਸੀਂ ਗੱਗੂ ਗਿੱਲ ਦੇ ਖਿਲਾਫ਼ ਕੀ ਕਾਰਵਾਈ ਕਰਾਉਣਾ ਚਾਹੁੰਦੇ ਹੋ? ਮੈਂ ਮਾਨਯੋਗ ਐਸਸੀ ਕਮਿਸ਼ਨ ਭਾਰਤ ਸਰਕਾਰ ਔਰ DGP ਪੰਜਾਬ ਨੂੰ ਮੈਂ ਬੇਨਤੀ ਕਰਦਾ, ਜੋ ਕਿ ਕੋਈ ਵੀ ਕਿਸੇ ਵੀ ਜਾਤ ਦੇ ਕਿਸੇ ਵੀ ਸਮਾਜ ਦੇ ਖਿਲਾਫ਼ ਕੋਈ ਗਲਤ ਬਿਆਨ ਦਿੰਦਾ ਜਾਂ ਮਾਹੌਲ ਖਰਾਬ ਕਰਦਾ ਹੈ, ਉਸ 'ਤੇ ਤੁਰੰਤ ਐਕਸ਼ਨ ਲੈ ਕੇ FIR ਦਰਜ ਕਰਕੇ ਉਹਨੂੰ ਸਲਾਕਾਂ ਦੇ ਵਿੱਚ ਸੁੱਟਣਾ ਚਾਹੀਦਾ। ਜਾਂ ਮਾਹੌਲ ਖਰਾਬ ਕਰਦਾ ਹੈ, ਉਸ 'ਤੇ ਤੁਰੰਤ ਐਕਸ਼ਨ ਲੈ ਕੇ FIR ਦਰਜ ਕਰਕੇ ਉਹਨੂੰ ਸਲਾਕਾਂ ਦੇ ਵਿੱਚ ਸੁੱਟਣਾ ਚਾਹੀਦਾ। ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਪਹਿਲਾਂ ਵੀ ਕਈ ਵਾਰ ਦੇ ਕਿ ਸਮਾਜ ਪ੍ਰਤੀ ਗਲਤ ਲਫ਼ਜ਼ ਕੁਝ ਹੋਰ ਕਲਾਕਾਰਾਂ ਨੇ ਬੋਲੇ ਸੀ, ਉਹਨਾਂ ਖਿਲਾਫ਼ ਵੀ ਤੁਸੀਂ ਮਤਲਬ ਕਿ ਐਕਸ਼ਨ ਲਿਆ ਸੀ, ਉਹ 'ਤੇ ਕੀ ਪ੍ਰਤੀਕਿਰਿਆ ਆਈ ਸੀ? ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਭਾਜੀ, ਉਹਨਾਂ ਨੇ ਲਿਖਤੀ ਦੇ ਵਿੱਚ ਮਾਫ਼ੀ ਮੰਗੀ ਸੀ, ਪਰ ਗੱਲ ਕੀ ਹੈ ਵੀ ਉਹਨਾਂ ਨੇ ਗੱਗੂ ਗਿੱਲ ਜਾਂ ਉਸਦੀ ਪੂਰੀ ਟੀਮ ਨੇ ਜੋ ਸਾਡੇ ਸਮਾਜ ਦੇ ਖਿਲਾਫ਼ ਬੋਲਿਆ, ਮੈਨੂੰ ਬਹੁਤ ਫੋਨ ਆ ਰਹੇ ਨੇ ਪੰਜਾਬ, ਹਰਿਆਣਾ, ਰਾਜਸਥਾਨ, ਜੋ ਸਾਡਾ ਸਮਾਜ ਬੈਠਾ ਹੈ, ਉਹਨਾਂ ਨੇ ਇਹੀ ਕਿਹਾ ਵੀ ਭਾਈ ਸਾਹਿਬ ਤੁਹਾਡੇ ਨਾਲ ਹਾਂ, ਜੋ ਬਣਦੀ ਕਾਰਵਾਈ ਸੀ ਬਣਦੀ ਕਾਰਵਾਈ ਕਰਵਾ ਕੇ ਹਿੱਸੀ ਦਮ ਲਵਾਂਗੇ। ਬਖਸ਼ੀ ਜੀ, ਇੱਕ ਇਸ ਤੋਂ ਇਲਾਵਾ ਜਿਵੇਂ ਫਿਲਮਾਂ ਨੇ ਜਾਂ ਐਕਟਰ ਸੌਂਗ ਵਗੈਰਾ ਨੇ, ਇਹ ਜਿਹੜੇ ਭਾਰਤ ਸੈਂਸਰ ਬੋਰਡ ਆ, ਪੰਜਾਬ ਸੈਂਸਰ ਬੋਰਡ ਆ, ਜਿਹੜਾ ਫਿਲਮਾਂ ਨੂੰ ਪ੍ਰਵਾਨਗੀ ਦਿੰਦਾ ਹੈ, ਤਾਂ ਉਹਨਾਂ ਨੂੰ ਵੀ ਇਸ ਚੀਜ਼ 'ਤੇ ਐਕਸ਼ਨ ਲੈਣਾ ਚਾਹੀਦਾ, ਸਗੋਂ ਇਸ 'ਤੇ ਪਹਿਲਾਂ ਟਰਾਈ, ਇਸ ਦੇ ਬਾਰੇ ਤੁਸੀਂ ਕੀ ਕਹਿਣਾ? ਭਾਜੀ, ਮੇਰੀ ਬੇਨਤੀ ਹੈ ਵੀ ਮੈਂ ਪੂਰੀ ਟੀਮ ਉਹਨਾਂ ਵਿੱਚ ਸਾਰੇ ਆ ਗਏ, ਮੈਂ ਜੋ ਐਪਲੀਕੇਸ਼ਨ ਲਿਖੀ ਉਹਦੇ ਵਿੱਚ ਮੈਂ ਵਰਡਿੰਗ ਵੀ ਇਹੀ ਲਿਖੀ ਹੋਈ ਹੈ, ਉਹ ਐਪਲੀਕੇਸ਼ਨ ਮੇਰੇ ਵੱਲੋਂ ਦਿੱਤੀ ਗਈ ਹੈ ਜਿਸ ਦਿਨ ਇਹਨਾਂ 13 ਤਰੀਕ ਨੂੰ ਰਿਲੀਜ਼ ਕੀਤੀ ਹੈ, ਔਰ ਮੈਨੂੰ 15 ਤਰੀਕ ਨੂੰ ਰਾਤ ਨੂੰ ਪਤਾ ਲੱਗਾ। ਮੇਰੇ ਨਾਲ ਮੇਰੇ ਨਾਲ ਮੇਰੇ ਸਾਥੀ ਮੇਵਾਰਾਮ ਪਵਾਰ ਜੀ ਵੀ ਮੇਰੇ ਨਾਲ ਸੀ, ਅਸੀਂ ਦੋਨਾਂ ਨੇ ਜਾ ਕੇ SHO ਖਨੌਰੀ ਨੂੰ ਦਰਖਾਸਤ ਦਿੱਤੀ ਅਤੇ ਮੈਂ ਪੂਰੀ ਟੀਮ ਦੇ ਖਿਲਾਫ਼ ਜੋ ਵੀ ਉਹਨਾਂ ਦੇ ਵਿੱਚ ਜਿੰਨੇ ਵੀ ਇਹਨਾਂ ਨੇ
अदद अपने कोई भी किसी ने किसी भी तरह का फिल्म के अपना रोल अदा किया, मैं सारे के खिलाफ FIR दर्ज करवाने की बेनती करता DGP पंजाब SC कमिश्नर भारत सरकार जी। बख्शी जी, मेरा मकसद एक परसनल ये है भी कोई मेरा जिन्हें भी सेंसर बोर्ड ने जोड़े फिल्मों रिलीज़ करते हैं प्रवानगी देंगे ने भारत सरकार के, तो उन्होंने जोड़े SC समाज या किसी भी समाज प्रति जी ने उन्होंने भी तो किस से अपना निरपक्ष करना चाहिए, उन्होंने वाले इस चीज़ पर क्यों नहीं गौर फरमाई जाती? भाजी हूँ उन्होंने पता लग जूगा, मैनू ये लगता है जो साढ़े मानयोग BG साहब ला SC कमिश्नर भारत सरकार उन्होंने नोट्स लिया, ठीक है ना, वो बनती कार भी करांगे सानू और मेरे समाज में पूरा विश्वास है, असी मेरे समाज बाजगर समाज वालों पूरे समाज वालों BG सांपला जी असी दिल दे ग्रां तो धन्यवाद भी करते। ओके।